ਸਵਾਗਤ ਹੈ ਜੀ ਤੁਹਾਡਾ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਗੱਲ ਕਰਾਂਗੇ ਕੈਨੇਡਾ ਦੀ, USA ਦੀ, ਸਿੰਗਾਪੁਰ ਦੀ। ਸਿੰਗਾਪੁਰ ਵਾਲੇ ਬੱਚਿਆਂ ਨੇ ਬਹੁਤ ਸਾਰੇ ਸਵਾਲ ਭੇਜੇ ਨੇ, ਸਪੈਸ਼ਲੀ ਜਿਹੜੀ ਇੱਕ ਠੱਗੀ ਹੋ ਰਹੀ ਹੈ ਪੰਜਾਬ ਦੇ ਵਿੱਚ ਮੂਵ ਕਰਨ ਦੇ ਨਾਮ ਦੇ ਉੱਪਰ, ਜਾਂ ਇੱਥੋਂ ਸਿੰਗਾਪੁਰ, ਸਿੰਗਾਪੁਰ ਤੋਂ ਵਿਦੇਸ਼ ਜਾਓ। ਬਹੁਤ ਸਾਰੇ ਕੰਸਲਟੈਂਟਸ ਨਾਲ ਇਹ ਸਲਾਹ ਹੁੰਦੀ ਹੈ, ਉਹ ਕਹਿੰਦੇ ਵੀ ਪ੍ਰੋਗਰਾਮਸ ਹੈਗੇ ਨੇ ਬਟ ਇਹਨੂੰ ਸਹੀ ਤਰੀਕੇ ਨਾਲ ਪੰਜਾਬ ਦੇ ਵਿੱਚ ਲਾਂਚ ਨਹੀਂ ਕਰਿਆ ਜਾ ਰਿਹਾ। ਇੱਕ ਤਾਂ ਇਹ ਇਸ਼ੂਜ਼ ਜਿਹੜਾ ਹੈਗਾ ਕੈਨੇਡਾ ਸੈਪਟੈਂਬਰਿੰਗ ਟੇਕ ਔਰ ਜਿਹੜੀਆਂ ਜਰਨਲ ਦੀਆਂ ਫਾਈਲਸ ਨੇ ਉਹਨਾਂ ਨੂੰ ਕਿਵੇਂ ਲਾਂਚ ਕੀਤਾ ਜਾਵੇ। USA ਦਾ ਵੀਜ਼ਾ ਇਸ਼ੂ ਬਹੁਤ ਵੱਡਾ ਇਸ ਵਕਤ ਬਣਿਆ ਹੋਇਆ ਕਿ ਅਪਲਾਈ ਬਹੁਤ ਹੁੰਦਾ, ਸਕਸੈਸ ਰੇਟ ਨਹੀਂ ਹੈ। ਸਕਸੈਸ ਰੇਟ ਕਿਵੇਂ ਲਿਆ ਜਾਵੇ, ਇਹ ਫੋਰਮ ਭਰਨ ਦੇ ਵਿੱਚ, ਐਡਮਿਸ਼ਨ ਦੇ ਵਿੱਚ, ਤੁਹਾਡਾ ਜਿਹੜਾ ਇੰਟਰਵਿਊ ਕੰਟੈਂਟ ਹੈ ਉਹਦੇ ਵਿੱਚ ਲੁਕਿਆ ਹੋਇਆ ਕਿਸਮ ਦਾ ਵੀਜ਼ਾ, ਉਹਦੇ ਵਿੱਚੋਂ ਕਿਵੇਂ ਕੱਢਣਾ, ਇਹਦੇ ਬਾਰੇ ਅੱਜ ਸਾਡੇ ਨਾਲ ਗੌਰਵ ਜੀ ਨੇ। ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਗੌਰਵ ਜੀ, ਕੈਨੇਡਾ ਤੋਂ ਸ਼ੁਰੂਆਤ ਕਰੂੰਗਾ ਇਸ ਵਕਤ। SPP ਨੂੰ ਜ਼ਿਆਦਾ ਇਸ ਵਕਤ ਪ੍ਰਮੋਟ ਕਰਨਾ ਚਾਹੋਗੇ ਜਾਂ ਜਨਰਲ ਕੈਟਾਗਰੀ? ਦੇਖੋ ਰਣਬੀਰ ਜੀ, SPP ਔਰ ਜਰਨਲ, ਮੈਂ ਅੱਜ ਦੇ ਸਮੇਂ 'ਤੇ ਇਹ ਗੱਲ ਮੰਨਦਾ ਕਿ ਦੋਨਾਂ ਵਿੱਚ ਸਕਸੈਸ ਰੇਟ ਇਕੁਅਲੈਂਟ ਚੱਲ ਰਿਹਾ ਹੈ, ਬਟ ਇਹ ਡਿਪੈਂਡ ਕਰਦਾ ਸਟੂਡੈਂਟ 'ਤੇ ਕਿ ਉਹਦਾ ਪ੍ਰੋਫਾਈਲ ਕਿਹੋ ਜਿਹਾ। ਕਈ ਵਾਰੀ ਅਸੀਂ ਕਿਸੇ ਸਟੂਡੈਂਟ ਨੂੰ, ਲਾਈਕ ਯੂਨੀਵਰਸਿਟੀ ਆਫ ਮੈਨੀਟੋਬਾ ਦਾ ਇਗਜ਼ਾਮਪਲ ਲਾਂਗਾ, ਦੈਟ ਉਸ ਦੇ ਵਿੱਚ ਅਸੀਂ SPP 'ਚ ਬੱਚਾ ਫਾਲ ਕਰਦਾ ਸੀ, ਫਿਰ ਵੀ ਉਹਨੂੰ ਜਰਨਲ 'ਚ ਲੈ ਗਏ, ਪ੍ਰੋਗਰਾਮ ਦੇ ਕੇ ਵੀਜ਼ਾ ਦਿੱਤਾ। ਇਹ ਅੱਜ ਦੇ ਸਮੇਂ 'ਤੇ ਕੈਨੇਡਾ ਦੇ ਵਿੱਚ ਉਹਦੇ 'ਚ ਕੀ ਫਾਇਦਾ ਕੰਸਲਟੈਂਟ ਨੂੰ SPP 'ਚ ਲਾਉਣ, ਮਤਲਬ ਜਿਹੜਾ ਹੈਗਾ ਬੱਚਾ ਫੁਲਫਿਲ ਕਰਦਾ ਸ਼ਰਤਾਂ ਤੇ ਉਹਨੂੰ ਜਰਨਲ 'ਚ ਪਾਉਣ ਦਾ ਨਹੀਂ? ਦੇਖੋ ਉਸ ਦੇ ਵਿੱਚ ਲੌਜਿਕ ਇਹ ਹੈ ਕਿ ਕੁਛ ਕੋਰਸਿਸ ਜੋ ਹੈ ਜਾਂ ਕੁਛ ਯੂਨੀਵਰਸਿਟੀ ਜੋ ਹੈ ਉਹ SPP ਕੈਟੇਗਰੀ ਵਿੱਚ ਨਹੀਂ ਹੈ, ਉਹ ਜਰਨਲ ਦੇ ਵਿੱਚ ਹੈ। ਅਤੇ ਹੁਣ ਸਾਨੂੰ ਇਹ ਦੇਖਣਾ ਪੈਂਦਾ ਕਿ ਅੱਜ ਸਭ ਤੋਂ ਵੱਡਾ ਇਸ਼ੂ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਵੀਜ਼ਾ ਦੇ ਨਾਲ ਨਾਲ ਸੈਟਲਮੈਂਟ ਵੀ ਹੈ, ਕਿਉਂਕਿ ਅਸੀਂ ਦੇਖਿਆ ਕਿ ਪਿਛਲੇ ਕੁਛ ਇਨਟੇਕ ਤੋਂ ਮੋਰ ਦੈਨ 80% ਰਿਜ਼ਲਟ ਆ ਰਿਹਾ ਕੈਨੇਡਾ ਦਾ। ਅਤੇ ਉੱਥੇ ਅੱਜ ਜੋ ਬੱਚਿਆਂ ਦਾ ਗਏ, ਬੱਚਿਆਂ ਦਾ ਫੀਡਬੈਕ ਇਹ ਹੈ ਕਿ ਅਗਰ ਅਸੀਂ ਬ੍ਰੈਮਟਨ, ਓਨਟਾਰੀਓ, ਅਗਰ ਵੈਂਕੂਵਰ, ਟੋਰਾਂਟੋ ਇੱਥੇ ਜਾਂਦੇ ਹਾਂ ਤਾਂ ਸਾਨੂੰ ਜੋ ਪਾਰਟ ਟਾਈਮ ਵਰਕ ਇਸ਼ੂਜ਼ ਆ ਰਹੇ ਨੇ ਬਹੁਤ ਜ਼ਿਆਦਾ ਪੱਧਰ 'ਤੇ, ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ, ਇਸ ਲਈ ਸਾਨੂੰ ਉਹ ਏਰੀਆਜ਼ ਚੂਜ਼ ਕਰਨੇ ਪੈ ਰਹੇ ਨੇ ਜਿਸ ਏਰੀਆ ਦੇ ਵਿੱਚ ਬੱਚਾ ਜਾ ਕੇ ਸੈਟਲ ਵੀ ਹੋ ਪਾਏ, ਕਿਉਂਕਿ ਸਾਡੇ ਬੱਚੇ ਲਈ ਜੋ ਅਗਲੀ ਫੀਸ ਕੱਢਣਾ ਵੀ ਇੱਕ ਚੁਣੌਤੀ ਹੋ ਗਈ ਹੈ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਬੱਚਿਆਂ ਨੂੰ PNP ਸਟੇਟਸ ਦੇ ਵਿੱਚ ਭੇਜੀਏ, ਇਹੋ ਜਿਹੀ ਜਗ੍ਹਾ ਵੇਚੀਏ ਜਿੱਥੇ, ਜਾਂ ਜੋ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਪੰਜਾਬ ਦੇ ਵਿੱਚ ਕੋਪਅਪ ਦਾ ਚਲਨ ਨਹੀਂ ਹੈ, ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੰਸਲਟੈਂਸੀਸ ਕੋਪਅਪ 'ਤੇ ਡੀਲ ਨਹੀਂ ਕਰਦੀਆਂ, ਸਿਰਫ ਪਤਾ ਨਹੀਂ ਨਾ ਬੈਨੀਫਿਟ ਦਾ, ਬਿਲਕੁਲ ਬੈਨੀਫਿਟ ਦਾ ਨਹੀਂ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੌਬ ਦਾ ਚੈਲੇਂਜ, ਉਹ ਕਿਉਂ ਹੈ, ਫਰੈਸ਼ਰਸ ਨੂੰ ਜਦੋਂ ਵੀ ਕੈਨੇਡੀਅਨ ਕੋਈ ਉੱਥੋਂ ਦੇ ਮੂਲ ਬਛਿੰਦੇ ਰੱਖਦੇ ਨੇ ਤਾਂ ਪਹਿਲਾ ਸਵਾਲ ਪੁੱਛਦੇ ਨੇ ਕਿ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ, ਉਹਨਾਂ ਕੋਲ ਹੁੰਦਾ ਨਹੀਂ, ਜੌਬ ਨਹੀਂ ਮਿਲਦੀ। ਜਿਹੜੀ ਗੌਰਵ ਜੀ ਗੱਲ ਕਰੇ ਨੂੰ ਸਮਝਣ ਦੀ ਲੋੜ ਹੈ ਥੋੜ੍ਹਾ ਜਿਹਾ ਡੂੰਘੇ ਤਰੀਕੇ ਨਾਲ, ਕਿ ਜਦੋਂ ਅਸੀਂ ਜਾਂਦੇ ਹਾਂ ਇੱਕੋ ਹੀ ਦਿੱਕਤ ਸਾਡੇ ਕੋਲ ਹੁੰਦੀ ਹੈ ਕਿ ਜੌਬ ਨਹੀਂ ਹੈ। ਅਸੀਂ ਇਹ ਪ੍ਰਮੋਟ ਨਹੀਂ ਕਰ ਰਹੇ ਕਿ ਤੁਸੀਂ ਇੱਥੇ ਪੈਸੇ ਕਮਾਉਣੇ ਨੇ ਪੜ੍ਹਦੇ ਪੜ੍ਹਦੇ, ਬਟ ਕੁਛ ਨਾ ਕੁਛ ਜੇਬ ਖਰਚੀ ਤਾਂ ਚਾਹੀਦੀ ਹੈ ਤੁਹਾਨੂੰ। ਸੋ ਉਹਦੇ ਲਈ ਹੁੰਦਾ ਕਿ ਕੋਪਅਪ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਟੋਮੈਟਿਕਲੀ ਜੌਬ ਮਿਲ ਜਾਣੀ ਹੈ, ਉਹ ਤੁਹਾਡਾ ਇੱਕ ਤਜਰਬਾ ਬਣ ਜਾਂਦਾ ਮੇਰੇ ਖਿਆਲ। ਦੇਖੋ ਰਣਬੀਰ ਜੀ, ਜਦੋਂ ਅਸੀਂ, ਮੈਂ ਪ੍ਰੈਕਟੀਕਲ ਜੋ ਦੇਖਿਆ, ਜਦੋਂ ਅਸੀਂ ਕੈਨੇਡਾ ਦੇ ਵਿੱਚ ਉਤਰਦੇ ਹਾਂ ਜਾਂ ਕਿੱਥੇ ਇੰਟਰਵਿਊ ਦੇਣ ਜਾਂਦੇ ਹਾਂ, ਜੋ ਵਰਕ ਕਲਚਰ ਸਾਡੇ ਇੰਡੀਆ ਵਿੱਚ ਹੈ ਔਰ ਜੋ ਕੈਨੇਡਾ ਵਿੱਚ ਹੈ ਉਹ ਟੋਟਲੀ ਡਿਫਰੈਂਟ ਹੈ। ਸਾਡਾ ਬੱਚਾ ਚਾਹੇ ਸਾਲ ਦੋ ਸਾਲ ਦਾ ਐਕਸਪੀਰੀਅੰਸ ਲਿਆ ਵੀ, ਜੋ ਗ੍ਰੈਜੂਏਸ਼ਨ ਪਾਸ ਬੱਚੇ ਜਾਂਦੇ ਨੇ, ਉਹ ਉੱਥੇ ਉਹਨਾਂ ਨੂੰ ਦੋ ਕੁਐਸਚਨ ਪੁੱਛੇ ਜਾਂਦੇ ਨੇ ਕਿ ਤੁਹਾਡੇ ਕੋਲ ਕੋਈ ਕੈਨੇਡੀਅਨ ਐਜੂਕੇਸ਼ਨ ਹੈ? ਹੁਣ ਬੱਚਾ ਸਟਾਰਟ ਹੀ ਕਰ ਰਿਹਾ, ਉਸ ਕੋਲ ਕੈਨੇਡੀਅਨ ਐਜੂਕੇਸ਼ਨ ਨਹੀਂ ਹੋ ਸਕਦੀ। ਦੂਜਾ ਕੁਐਸਚਨ ਉਹਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਕੋਲ ਕੋਈ ਵਰਕ ਕੈਨੇਡਾ ਦਾ ਵਰਕ ਐਕਸਪੀਰੀਅੰਸ ਹੈ? ਹੁਣ ਸਾਡੇ ਬੱਚੇ ਕੋਲ ਇਹ ਦੋਨੋਂ ਚੀਜ਼ਾਂ ਨਹੀਂ ਹੁੰਦੀਆਂ, ਉੱਥੇ ਸਾਡਾ ਬੱਚਾ ਮਾਤ ਖਾ ਜਾਂਦਾ। ਉੱਥੇ ਬੱਚਿਆਂ ਨੂੰ ਏਜੰਸੀਜ਼ ਦੇ ਵਿੱਚ ਜਾਣਾ ਪੈਂਦਾ, ਜਾਂ ਮੈਕਸੀਮਮ ਬੱਚੇ ਉੱਥੇ ਆਪਣੀ ਟੈਕਸੀ ਪਾ ਕੇ, ਆਪਣੀ ਕਾਰ ਪਾ ਕੇ ਟੈਕਸੀ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਔਰ ਬਹੁਤ ਸੇ ਇਹੋ ਜਿਹੇ ਕੰਮ ਸ਼ੁਰੂ ਕਰ ਦਿੰਦੇ ਨੇ। ਉਸ ਦੀ ਵਜ੍ਹਾ ਨਾਲ ਉਹਨਾਂ ਨੂੰ ਮੂਵ ਕਰਨਾ ਪੈਂਦਾ। ਦੇਖੋ ਜੋ ਅੱਜ ਦਾ ਸਮਾਂ ਹੈ, ਜੋ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਪਹਿਲੇ ਤਾਂ ਮੈਂ ਜੋ ਤੱਥ ਕੱਢਿਆ ਉਹ ਇਹ ਕੱਢਿਆ ਕਿ ਬੱਚਾ ਜੋ ਵਧੀਆ ਕੈਟੇਗਰੀ ਜਾਂ ਜਰਨਲ ਵਿੱਚ ਵੀ ਜਾਣਾ ਚਾਹੁੰਦਾ ਹੈ, ਉਹ 1 ਸਾਲ ਦਾ ਕੋਰਸ ਲੈ ਕੇ ਨਾ ਜਾਏ, ਚਾਹੇ ਪਲੱਸ ਟੂ ਤੋਂ ਬਾਅਦ, ਚਾਹੇ ਪੀਜੀ ਤੋਂ ਬਾਅਦ, ਉਹ ਘੱਟੋ ਘੱਟ ਕੋਪਅਪ 1.5 ਸਾਲ ਦਾ ਲੈ ਕੇ ਜਾਏ। 1 ਸਾਲ ਵਾਲੇ 'ਚ ਬਹੁਤ ਪ੍ਰੋਬਲਮਸ ਬੱਚੇ ਨੂੰ ਸਾਹਮਣੇ ਆਉਂਦੀਆਂ, ਕਿਉਂਕਿ ਜੋ 1 ਸਾਲ ਦਾ ਕੋਰਸ ਕਰਕੇ ਬੱਚਾ ਜਦੋਂ ਮਾਰਕੀਟ ਦੇ ਵਿੱਚ ਜਾਂਦਾ, ਉਹਨੂੰ ਜੋਬਸ ਨਹੀਂ ਮਿਲਦੀਆਂ, ਕਿਉਂਕਿ 1 ਸਾਲ ਦੇ ਵਿੱਚ ਉਹ ਕੈਨੇਡੀਅਨ ਵਰਕ ਕਲਚਰ ਦੇ ਅਕੋਰਡਿੰਗ, ਤੁਸੀਂ ਇਹ ਕਹਿ ਸਕਦੇ ਹੋ, ਪੋਲਿਸ਼ ਜਾਂ ਤਿਆਰ ਨਹੀਂ ਹੋ ਪਾਉਂਦਾ। ਔਰ ਬਹੁਤ ਸੇ ਜੋ ਕੰਸਲਟੈਂਸੀਜ਼ ਨੇ ਉਹਨਾਂ ਨੂੰ ਇਹ ਨੌਲੇਜ ਹੀ ਨਹੀਂ ਹੈ,
ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਸਾਡਾ ਬੱਚਾ ਕਿੰਨੇ ਟਾਈਮ ਵਿੱਚ ਉੱਥੇ ਪ੍ਰਪੇਅਰ ਹੋਏਗਾ, ਉਹਨੂੰ ਕਿਸ ਇੰਡਸਟਰੀ ਦੀ ਟ੍ਰੇਨਿੰਗ ਚਾਹੀਦੀ ਹੈ। ਸਾਡਾ ਬੱਚੇ ਉੱਥੇ ਅੱਜ 8-8, 10-10 ਸਾਲ ਤੋਂ ਰੁਲ ਰਹੇ ਨੇ, PR ਵੀ ਨਹੀਂ ਲੈ ਪਾ ਰਹੇ। ਬਿਲਕੁਲ ਠੀਕ। ਉਸਦੀ ਸਭ ਤੋਂ ਵੱਡੀ ਪ੍ਰੋਬਲਮ ਅਨਅਵੇਅਰਨੈਸ ਆਫ ਕੰਸਲਟੈਂਸੀਜ਼। ਛੋਟੀ ਛੋਟੀ ਕੰਸਲਟੈਂਸੀਜ਼ ਖੁੱਲ੍ਹ ਗਈਆਂ ਨੇ। ਮੰਨ ਲਓ ਮੇਰੇ ਕੋਲ ਕਿਸੇ ਨੇ 2 ਮਹੀਨੇ ਕੰਮ ਕੀਤਾ, 4 ਮਹੀਨੇ ਕੰਮ ਕੀਤਾ, ਉਹਨੇ ਇੱਕ ਦੁਕਾਨ ਖੋਲ੍ਹ ਲਈ ਕਿ ਮੈਂ ਕੰਸਲਟੈਂਟ ਬਣ ਗਿਆ। ਖੈਰ, ਇਹ ਜੋ ਕੰਸਲਟੈਂਸੀ ਹੈ ਉਹ ਸਿਰਫ 4 ਟੇਬਲ ਲਾ ਕੇ, ਛੋਟਾ ਆਫਿਸ ਲੈ ਕੇ ਚਲਾਉਣ ਦਾ ਨਾਂ ਨਹੀਂ ਹੈ। ਇਸ ਦੇ ਵਿੱਚ ਤੁਹਾਨੂੰ ਰੂਟਸ ਦੀ ਕਿੰਨਾ ਕਰੀਅਰ ਗਾਈਡੈਂਸ ਚਾਹੀਦੀ ਹੈ। ਬਿਲਕੁਲ ਰਣਬੀਰ, ਉਧਰ ਤੁਹਾਡੇ ਟਾਈ ਅਪਸ ਚਾਹੀਦੇ ਨੇ, ਤੁਹਾਨੂੰ ਆ ਕਾਲਜ ਬਾਰੇ, ਐਜੂਕੇਸ਼ਨ ਬਾਰੇ ਨੌਲੇਜ ਚਾਹੀਦੀ ਹੈ, ਅੱਗੇ ਪ੍ਰੋਗਰਾਮਸ ਕਿਹੜੇ ਦੇਣੇ ਨੇ, ਕਿਵੇਂ ਦੇਣਾ, ਫਿਊਚਰ ਪਲਾਨ ਕੀ ਹੈਗਾ। ਇਕੱਲਾ ਮੇਰੇ ਖਿਆਲ ਵੀਜ਼ਾ ਲਵਾਉਣਾ ਵੀ ਅੱਜ ਡੇਟ 'ਚ ਕੋਈ ਵੱਡੀ ਚੀਜ਼ ਨਹੀਂ ਹੈ। ਨਹੀਂ ਹੈ ਰਣਬੀਰ ਜੀ, ਹੁਣ ਕੱਲ੍ਹ ਸ਼ਾਮ ਨੂੰ ਮੇਰਾ ਰੋਜ਼ ਦਾ ਕੀ ਸ਼ਡਿਊਲ ਰਹਿੰਦਾ ਕਿ ਮੈਂ ਰੋਜ਼ ਇਹ ਅੱਧੇ ਤੋਂ 1 ਘੰਟਾ ਰੋਜ਼ ਇੱਕ ਕਾਲਜ ਦੇ ਨਾਲ ਸਕਾਈਪ 'ਤੇ ਗੱਲ ਕਰਦਾ। ਮੈਂ ਉਹਨਾਂ ਤੋਂ ਰੋਜ਼ ਪਰਸਨਲੀ ਟ੍ਰੇਨਿੰਗ ਲੈਂਦਾ, ਜਿਸਦੇ ਵਿੱਚ ਮੈਂ ਉਹਨਾਂ ਦੇ ਆਸ ਪਾਸ ਕਿਹੋ ਜਿਹੇ ਕੰਮ ਨੇ, ਉਹਨਾਂ ਦਾ ਵਰਕ ਕਲਚਰ ਕਿਹੋ ਜਿਹਾ, ਕੈਨੇਡਾ ਦੇ ਵਿੱਚ, ਕੈਨੇਡਾ ਦੇ ਵਿੱਚ, US ਦੇ ਵਿੱਚ ਸੇਮ। ਉਸ ਦੇ ਨਾਲ ਕੀ ਰਹਿੰਦਾ ਕਿ ਜਦ ਮੈਨੂੰ ਟ੍ਰੇਨਿੰਗ ਮਿਲਦੀ ਹੈ, ਮੈਨੂੰ ਸਮਝ ਆਉਂਦਾ ਕਿ ਮੈਂ ਆਪਣਾ ਬੱਚਾ ਜਾਂ ਮੇਰੇ ਬੱਚੇ ਨੂੰ ਉੱਥੇ ਉਤਰਨ ਤੋਂ ਬਾਅਦ ਕੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਏਗਾ। ਇਸ ਲਈ ਮੇਰੇ ਬੱਚਿਆਂ ਨੂੰ ਬੇਨਤੀ ਇਹ ਹੈ, ਜੋ ਖਾਸ ਕਰ ਇੱਕ ਸਭ ਤੋਂ ਵੱਡੀ ਪ੍ਰੋਬਲਮ ਬੱਚੇ, ਸਾਡੇ ਬੱਚੇ ਜੋ ਫੇਸ ਕਰ ਰਹੇ ਨੇ, ਇਹ ਜੋ ਬੱਚਿਆਂ ਨੂੰ ਦਿੱਕਤ ਹੈ, ਬੱਚੇ ਇਸ ਗੱਲ ਤੋਂ ਡਰਦੇ ਨੇ ਕਿ ਅਸੀਂ ਅੰਮ੍ਰਿਤਸਰ ਦਾ ਬੱਚਾ, ਮੈਂ ਮੋਹਾਲੀ ਕਿਉਂ ਜਾਵਾਂ? ਕੱਲ੍ਹ ਨੂੰ ਅਗਰ ਮੇਰੇ ਕੋਈ ਪੈਸੇ ਫਸ ਗਏ, ਦਿੱਕਤ ਹੋ ਗਈ, ਤਾਂ ਮੈਂ ਮੋਹਾਲੀ ਤੋਂ ਅੰਮ੍ਰਿਤਸਰ ਗੇੜੇ ਕਿਵੇਂ ਲਾਵਾਂਗਾ? ਬੱਚਿਆਂ ਨੂੰ ਦੇਖਣ ਯੋਗ ਗੱਲ ਇਹ ਹੈ ਕਿ ਬੱਚੇ, ਅਗਰ ਕੋਈ ਬੱਚਾ ਦੂਰੋਂ ਆਉਂਦਾ, ਉਹ ਮੈਂ ਉਹਨਾਂ ਲਈ ਆਫਟਰ ਵੀਜ਼ਾ ਪੈਕੇਜ ਵੀ ਅਵੇਲੇਬਲ ਕਰਾਉਣਾ, ਜਿਸ ਦੇ ਵਿੱਚ ਉਹ ਸਾਰੀ ਫੀਸ, ਟਿਊਸ਼ਨ ਫੀਸ, ਰਜਿਸਟ੍ਰੇਸ਼ਨ ਫੀਸ ਆਫਟਰ ਵੀਜ਼ਾ ਦੇਣ, ਜਿਸ ਦੇ ਵਿੱਚ ਉਹਨਾਂ ਦਾ ਮਾਇੰਡ ਸੈੱਟ ਇਹ ਖਤਮ ਹੋ ਜਾਏ ਕਿ ਇਹ ਕੰਸਲਟੈਂਸੀ ਜੋ ਦੂਰ ਬੈਠੀ ਹੈ, ਉਹ 10-20-30 ਹਜ਼ਾਰ ਦੇ ਚੱਕਰ 'ਚ ਸਾਨੂੰ ਇੱਥੇ ਬੁਲਾ ਰਹੀ ਹੈ, ਉਹ ਨਹੀਂ ਆਉਣ। ਦੂਜੀ ਚੀਜ਼ ਇੱਕ ਕਹਿਣਾ ਚਾਹੁੰਦਾ ਬੱਚਿਆਂ ਨੂੰ ਕਿ ਬੱਚੇ ਫ੍ਰੀ ਅਸੈਸਮੈਂਟ ਜ਼ਰੂਰ ਲੈ ਕੇ ਜਾਣ, ਕਰੀਅਰ ਗਾਈਡੈਂਸ ਜ਼ਰੂਰ ਲੈਣ। ਉਸ ਦੇ ਵਿੱਚ ਰਣਬੀਰ ਜੀ, ਬੱਚਿਆਂ ਨੂੰ ਪਤਾ ਹੋਣਾ ਚਾਹੀਦਾ, ਦੇਖੋ ਐਕਸਪਰਟਾਈਜ਼ ਜੋ ਹੈ ਉਹ ਮਲਟੀ ਮੈਟਰੋ ਸਿਟੀਜ਼ ਵਿੱਚ ਤੁਹਾਨੂੰ ਮਿਲੇਗੀ। ਇੱਕ ਛੋਟੀ ਜਗ੍ਹਾ 'ਤੇ ਜੋ ਇੰਪਲੋਈ ਮਿਲੇਗਾ ਤੁਹਾਨੂੰ ਕੰਮ ਕਰਨ ਵਾਲਾ, ਉਹ ਖੁਦ ਵੀ ਇੰਨਾ ਪੜ੍ਹਿਆ ਲਿਖਿਆ, ਇੱਕ +2 ਪਾਸ ਜਾਂ ਇੱਕ BA ਪਾਸ ਜੋ ਕੁੜੀ ਹੈ ਜਾਂ ਮੁੰਡਾ ਹੈ, ਉਹ ਤੁਹਾਨੂੰ ਇੰਜੀਨੀਅਰਿੰਗ ਦੀ ਕਾਉਂਸਲਿੰਗ ਕਿਵੇਂ ਦੇ ਦੇਗੀ? ਉਹ 4 ਹੀ ਗੱਲਾਂ ਦੱਸੇਗੀ, ਇਹ ਆਫਰ ਲੈਟਰ ਆ ਜਾਊਗਾ ਜੀ, ਦੇਖਣ ਯੋਗ ਇਹ ਆਉਂਦਾ ਕਿ ਲੋਕਾਂ ਨੂੰ ਇਹ ਨਹੀਂ ਪਤਾ ਉਹਨਾਂ ਦਾ ਮਾਲਕ ਕੌਣ ਹੈ, ਕਿਹਨੂੰ ਉਹ ਕੱਲ ਨੂੰ ਮਿਲ ਸਕਦੇ ਨੇ, ਕਿਹਦਾ ਫੀਡਬੈਕ ਲੈ ਸਕਦੇ ਨੇ। ਹਾਂ, ਕੁਛ ਅੱਛੀ ਏਜੰਸੀਜ਼ ਨੇ, ਕੰਸਲਟੈਂਸੀਜ਼ ਨੇ, ਜਿਹਨਾਂ ਦੇ ਮਾਲਕ ਵੀ ਰੂਬਰੂ ਹੁੰਦੇ ਨੇ, ਲਾਈਕ ਅਸੀਂ ਆਪ ਬਹਿੰਦੇ ਹਾਂ, ਆਪ ਮਿਲਦੇ ਹਾਂ ਲੋਕਾਂ ਨੂੰ। 24 ਆਵਰ ਸਾਡਾ ਸਿਰਫ ਕੰਮ ਕੰਸਲਟੈਂਸੀ ਕਰਨਾ ਹੈ। ਅਸੀਂ ਤੁਹਾਨੂੰ ਹਫ਼ਤੇ ਦੇ ਬਿਲਕੁਲ ਸਲਾਹ ਲਈ ਵੀ ਅੱਗੇ ਬੰਦੇ ਰੱਖ ਲਏ, ਮੈਨੂੰ ਤਾਂ ਨਹੀਂ ਲੱਗਦਾ ਕਿ ਸਹੀ ਸਲਾਹ ਪਹੁੰਚ ਪਾਏਗੀ। ਬਿਲਕੁਲ ਰਣਬੀਰ ਜੀ। ਔਰ ਦੂਜੀ ਚੀਜ਼ ਜੋ ਦੇਖਣੀ ਹੋਊਗਾ, ਇਨਫਰਾਸਟ੍ਰਕਚਰ, ਜੋ ਏਜੰਸੀ ਤੁਹਾਡਾ ਕੰਮ ਕਰ ਰਹੀ ਹੈ ਉਸ ਕੋਲ ਕਿੰਨਾ ਵੱਡਾ ਸਿਸਟਮ ਹੈ, ਕਿੰਨੇ ਇੱਕ ਡਿਪਾਰਟਮੈਂਟਸ ਨੇ ਉਹਦਾ ਕੰਮ ਕਰਨ ਲਈ। ਹੁਣ ਇਹ ਤਾਂ ਨਹੀਂ ਕਿ ਇੱਕ SEO ਦੇ ਵਿੱਚ 4-5 ਕੈਬਿਨ ਬਣਾ ਕੇ ਤੁਹਾਡਾ ਕੰਮ ਕੀਤਾ ਜਾ ਰਿਹਾ। ਉਹ ਬੰਦਾ ਜੋ 6 ਵਜੇ ਘਰ ਚਲਾ ਜਾਊਗਾ, ਉਹ ਸ਼ਾਮ ਨੂੰ ਉਹਦੇ ਕੋਲ ਸਟਾਫ ਹੀ ਨਹੀਂ ਹੈ ਵਾਰਤਾਲਾਪ ਕਰਨ ਲਈ, ਕਿਉਂਕਿ ਅੱਧੀ ਦੁਨੀਆ ਸਾਡੇ ਤੋਂ ਉਲਟ ਜਾਗਦੀ ਹੈ, ਔਰ ਅਸੀਂ ਜਿਸ ਦੁਨੀਆ ਵਿੱਚ ਜਾ ਕੇ ਵਸਣਾ ਚਾਹੁੰਦੇ ਹਾਂ, ਉਹ ਜਦੋਂ ਅਸੀਂ ਸੋਂਦੇ ਹਾਂ ਉਦੋਂ ਉਹ ਜਾਗਦੇ ਨੇ। ਇਸ ਲਈ ਇੱਕ ਟ੍ਰੇਨ ਪਰਸਨਸ ਚਾਹੀਦੇ ਨੇ, ਜਿਨ੍ਹਾਂ ਦਾ ਕੰਮ ਸ਼ਾਮ ਨੂੰ ਟ੍ਰੇਨਿੰਗ ਲੈਣਾ, ਇਹ ਲੱਭਣਾ, ਹਰ ਫਾਈਲ 'ਤੇ ਸਰਚ ਕਰਨਾ, ਉੱਥੋਂ ਦੇ ਐਕਸਪਰਟਸ ਨਾਲ ਜਾਂ ਕਾਲਜ ਦੀ ਐਡਮਿਸ਼ਨ ਪ੍ਰੋਫਾਈਲ ਨਾਲ ਡਿਸਕਸ ਕਰਨਾ ਕਿ ਅਸੀਂ ਇਹਨੂੰ ਕੀ ਕੋਰਸ ਦੇ ਸਕਦੇ ਹਾਂ, ਤੁਸੀਂ ਨਵੇਂ ਕਿਹੜੇ ਕੋਰਸ ਲਾਂਚ ਕਰ ਰਹੇ ਹੋ, ਕਿਸ ਕੋਰਸ ਦਾ ਕੀ ਪਲੇਸਮੈਂਟ ਰੇਟ ਹੈ। ਅਤੇ ਰਣਬੀਰ ਜੀ, ਇਹ ਸਾਰੀ ਗੱਲਾਂ ਮੈਨੂੰ ਇਹ ਚਾਹੀਦਾ, ਮੇਰਾ ਜੋ ਕਹਿਣ ਦਾ ਮੋਟਿਵ ਇਹ ਹੈ ਕਿ ਬੱਚਾ ਕੰਮ ਕਰਾਵੇ। ਨੋ ਡਾਊਟ ਅੱਛੇ ਕੰਪਨੀਜ਼ ਹੈਗੀਆਂ ਜੋ ਕੰਮ ਕਰ ਰਹੀਆਂ ਨੇ, ਅਸੀਂ ਵੀ ਬਹੁਤ ਸਾਲਾਂ ਤੋਂ ਕੰਮ ਕਰ ਰਹੇ, ਪਰ ਮੇਰਾ ਵਿਰੋਧ ਇਹ ਹੈ ਕਿ ਇੱਕ ਤਾਂ ਜੋ ਆਇਲਸ ਕਰਨ ਜਾਂਦੇ ਨੇ ਛੋਟੇ ਛੋਟੇ ਤੋਂ, ਉਹਨਾਂ ਤੋਂ ਹੀ ਫਾਈਲ ਲਵਾ ਲੈਂਦੇ ਨੇ। ਦੂਜੀ ਚੀਜ਼ ਜੋ ਜਿਨ੍ਹਾਂ ਨੇ ਲਾਈਕ ਰਣਬੀਰ ਜੀ ਕਿਸੇ ਵੀ ਕੰਪਨੀ ਵਿੱਚ 5-6 ਮਹੀਨੇ ਕੰਮ ਕੀਤਾ, ਫਿਰ ਉਹ ਆਪਣਾ ਕੰਮ ਖੋਲ੍ਹ ਲੈਂਦਾ, ਉਹਨੂੰ ਉਹ ਨੌਲੇਜ ਨਹੀਂ ਆ ਸਕਦੀ। ਉਹ ਅਨਟ੍ਰੇਨ ਡਾਕਟਰ ਵਾਂਗੂ ਤੁਹਾਡੀ ਟੁੱਟੀ ਹੋਈ ਬਾਂਹ ਦੇ ਉੱਪਰ ਤਜਰਬੇ ਕਰਦਾ ਕਿ ਜੁੜ ਗਈ ਤਾਂ ਠੀਕ ਹੈ, ਨਹੀਂ ਨਾ ਸੀ। ਬਿਲਕੁਲ, ਇਹ ਹਾਲਾਤ ਨੇ ਤੁਹਾਡੀ ਜ਼ਿੰਦਗੀ 'ਚ
मेरे ख्याल प्लस टू है बी ए तो बाद एक बहुत वड्डा यू टर्न आता है, जां तां तुसीं पंजाब दे विच या जिहड़े भी स्टेट दे विचों उत्थे सरकारी या प्राइवेट नौकरी लेनी है या व्यापार करोगे माँ प्यो नाल संबंधित जिहड़ा तुसीं माँ प्यो तुहाडा कर रहे ने उस कारोबार च पोंगे, या बहुत वड्डा यू टर्न आता कि तुसीं विदेश दे विच जा के सैटल होना कल्ले हो, जे तुहानूं इत्थे सलाह ही किसी ने माड़ी दी सैटल किवें हो जाओगे। बिल्कुल एक बहुत वड्डा एक रीज़न है सलाह कंसल्टेंसी जिस चीज़ की असीं फीस दे रहे हैं, जो अनट्रेंड बंदा है प्रोविंस बारे नहीं पता, जिहड़ी स्टेट दे विच कैनेडा दे विच चले हो प्रोग्राम बारे नहीं पता, उहदी आउटकम्स बारे नहीं पता, सो मतलब बच्चा तो खज्जल होएगा ही होएगा, परिवार भी एक खज्जल होएगा। आस्ट्रेलिया दे विच बहुत वड्डी तादाद दे विच जिहड़े बच्चे दे वीज़ाज रिजैक्ट होए 18,000 19,000, मैं कई बार एग्जाम्पल दित्ती उत्थे बैठे दे वीज़े रिजैक्ट होए सी ऑनशोर बच्चों दे, वो यही कारण सी कि इत्थों गलत कॉलेजेस दे विच भेजे कोर्स च भेजे, फिर बच्चे ने होर प्रोग्राम लिया होर कॉलेज लिया फिर होर लिया फिर होर लिया, 4-5 साल बेचारा फीसा भरी गया, 5वें साल वीज़ा रिजैक्ट हो गया। बिल्कुल ये हालात इस वक्त कैनेडा दे विच बन जा रहे हैं जी। बिल्कुल बिल्कुल बहुत वड्डी तादाद च बच्चा जा रहा है और सिर्फ इस खुशी च जा रहा है कि मेरा वीज़ा लग गया। डन। और रणबीर जी असीं बार बार यही इस मंच के माध्यम तो समझाना चाहते हैं कि इस काम नूं तुसीं बहुत एक काम बहुत टेढ़ा इस दे विच बहुत नॉलेज रिक्वायर है, प्रैक्टिकल नॉलेज बहुत रिक्वायर्ड है, सिर्फ एक फॉर्म भर देना ही वीज़ा लेना नहीं है। वीज़ा लैन लई हुण कल अज मेरे को कल परसों एक एस पी पी तो रिफ्यूज़ कुड़ी आई सी, उसका अज जर्नल दे विच वीज़ा लैके दिता, हुण प्रॉब्लम ये सी कि वो इन्ने उस कुड़ी दे 6.5 बैंड सीगे प्लस टू तो बाद और कोई गैप नहीं सी, उसका सिर्फ कोर्स कंटेंट गलत भरन दे चक्कर विच उसका वीज़ा रिफ्यूज़ करा दिता गया। मैं हमेशा बच्चे नूं ये कहना, मैं ये नहीं प्रमोट करता कि बच्चा सिर्फ मेरे को आए, मैं प्रमोट इस गल नूं करदा कि बच्चा आके सलाह तो ले, और बच्चा मैं खास कर इस गल दे विरोध विरोध विच हाँ जो छोटे छोटे 1-2 महीने काम करके मुड़ के अपना दुकान खोल लेंदे ने, एक 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 सुनसान जगह ते एक मार्केट दे विच हड़ आ जांदा है, ए वी एजेंट और उन्हां दा फुल टाइम काम नहीं है, वो किसी तो फाइनेंस या प्रॉपर्टी डीलर दे नाल रल जांदे ने, किसी गाने गाउण वाले नाल रल जांदे ने, या 5-6-7 वो 2-2 महीने काम करन वाले रल के एक 30-40 हज़ार की दुकान लैके काम शुरू कर देंदे ने, वो साडे बच्चे नूं सैटल नहीं कर पाते। उन्होंने बिजनेस है, उन्होंने 1 लाख रुपया लाना है तो 2 कढ़ने 2 कढ़ने, उन्होंने इस इंडस्ट्री का नाम बहुत खराब करता रणबीर जी, बच्चों नूं बहुत नैगेटिव करता। दूजी चीज़ एक जो खास गल है, कॉमन सेंस इज अ नॉट अ कॉमन थिंग, कॉमन सेंस भी कॉमन नहीं है, कॉमन सेंस इज ऑलवेज अनकॉमन। और दूजी चीज़ नकल भी अकल नाल वजदी है। बिल्कुल ठीक है। और ये दोनों चीज़ां भी नहीं कर पाते, वो आप प्लस टू पास ने, उन्हां दी कम्युनिकेशन स्किल नहीं है, उन्हां कोल सिस्टम नहीं है, उन्हां कोल गल करन दा टाइअप्स नहीं है, कॉलेज उन्हां नूं उन्होंने आज तक किसी कॉलेज में एक बच्चा नहीं भेजा, कॉलेज उन्हां दी मेल नूं बॉदर भी नहीं करता, वो थोड़े ही ना तो मेल पा के एडमिशन पाउण दी कोशिश करते हैं या फाइल मूव करके सिर्फ 10-20 हज़ार के चक्कर च फाइल लाउंदे आ। इहो जे जगह तो थानू बचण दी जरूरत है, थानू जरूरत है ये देखण दी कि एक्चुअल विच जो साडा काम करेगा वो किन्ने दिनां तो स्टेबल है, किन्ने टाइम तो काम कर रहा है, की इंफ्रास्ट्रक्चर है, किन्ने के डिपार्टमेंट उन्दे विच ने। तुसी जाके काउंसलिंग ये सवाल जरूर पुछो कि तुसी मैनू मेरा एक काउंसलिंग तो बाद मेरी फाइल कौन बनाऊगा, मैनू ट्रेनिंग कौन दऊगा, उस तो बाद इत्थे इंचार्ज कौन है, थोड़ा पता होना चाहिए कि मेरी फाइल अज ऑफर लैटर आ गया, एडमिशन डिपार्टमेंट कौन डील करता है, उस तो बाद ऑपरेशंस दे विच कौन है, उस तो बाद फाइलिंग कौन करूगा, कि फाइलिंग ने पहले कोई वीज़ा लवाया या नहीं लवाया, ये तो नहीं एक ही कुड़ी उही काउंसलिंग करती है, उही थोड़ा फॉर्म भरूगी, उही थोड़ी फाइल लाऊगी, उही ऑफर लैटर मंगाऊगी, तो एक बंदा सारे काम रणबीर जी नहीं कर सकता। और 100% तुसी जो है इस प्रॉब्लम का शिकार होंगे, और बच्चों को खास कर वर्क परमिट के नाँ तो बेवकूफ़ बनाया जाता है, उन्होंने कहा जाता है थोड़ा काम दवा देंगे, अकोमोडेशन दे देंगे, उत्थे थोड़ा स्टे दवा देंगे और ए टिकट दे देंगे, असी $2,000 डिस्काउंट दवा देंगे। और मैं किसी नाल गल कर रहा सी, किसी का पढ़ रहा सी, मैं कि कैसे हो सकता, वो बाद ये हस रहा सी, उसका रिकॉर्ड वीज़ा लगेगा तो ये चीज़ा देनिया ने, जो लगेगा ही नहीं तो फिर की देना। तो डेफिनेटली बच्चे को एक गल समझनी चाहिए है कि जो थोड़ा वीज़ा ही नहीं लगाना फिर थोड़ा चीज़ा कितों मिल जाएगी,
ਕਿ ਔਰ ਤੁਸੀਂ ਇਹ ਸਲਾਹ ਦੇ ਫਾਈਲ ਫੜਾ ਜਾਂਦੇ ਹੋ ਕਿ ਮੈਨੂੰ 3 ਮਹੀਨੇ ਦੀ ਅਕੋਮੋਡੇਸ਼ਨ ਦੇ ਰਿਹਾ ਜੀ, ਮੈਨੂੰ ਇਹ ਟਿਕਟ ਦੇ ਰਿਹਾ ਜੀ, ਮੈਨੂੰ ਫਲਾਣਾ ਦੇ ਰਿਹਾ ਜੀ, ਇਹ ਕਿਵੇਂ ਦੇ ਸਕਦਾ? ਬਿਲਕੁਲ ਠੀਕ ਹੈ, ਮੈਂ ਤੁਹਾਨੂੰ ਇੱਕ ਛੋਟੀ ਐਗਜ਼ਾਮਪਲ ਇਸ ਲਾਈਨ ਦੀ ਦਊਂਗਾ। ਇੱਕ ਫਾਈਨੈਂਸਰ ਨੇ ਇਮੀਗ੍ਰੇਸ਼ਨ ਦਾ ਕੰਮ ਖੋਲਿਆ ਜੀ, ਬੜੇ ਸਾਡੇ ਕੋਲ ਰਿਪੋਰਟ ਆਈ, ਖਬਰ ਆਈ, ਕਹਿੰਦੇ ਜੀ ਖਿਲਾਫ਼ ਖਬਰ ਲਾਓ ਜੀ, ਪਰ ਉਹਦੇ ਖਿਲਾਫ਼ ਕੋਈ ਉਸ ਤਰ੍ਹਾਂ ਦੇ ਪ੍ਰਮਾਣ ਨਹੀਂ ਸੀ ਕਿ ਅਸੀਂ ਖਬਰ ਲਾ ਸਕੀਏ। ਪਰ ਮੈਂ ਤੁਹਾਨੂੰ ਬਿਨਾਂ ਖਬਰ ਇੱਕ ਅਵੇਅਰਨੈਸ ਅੱਜ ਦਊਂਗਾ ਕਿ ਉਸ ਫਾਈਨੈਂਸਰ ਨੇ ਇਮੀਗ੍ਰੇਸ਼ਨ ਦਾ ਫੱਟਾ ਲਾ ਲਿਆ। ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਚੱਲੋ, ਜਿਹੜੀ ਗੌਰਵ ਜੀ ਗੱਲ ਕਰ ਰਹੇ ਹਰ ਕੰਸਲਟੈਂਟਸ ਕਰਦਾ ਕਿ ਉਹਨਾਂ ਨੂੰ ਵੀਜ਼ਾ ਰਿਜੈਕਟ ਕਰਾ ਕੇ ਜ਼ਿਆਦਾ ਮੁਨਾਫਾ ਹੁੰਦਾ। ਕਿਵੇਂ? ਸੁਣੋ, ਉਹਨਾਂ ਨੇ ਤੁਹਾਡੇ ਫੰਡ ਸ਼ੋਅ ਕਰਾਉਣੇ, ਆਸਟ੍ਰੇਲੀਆ ਦੇ 1,00,000 ਰੁਪਈਆ, 50,000, 70,000 ਤੁਹਾਡੇ ਲੈ ਲੈਣਾ। ਵੀਜ਼ਾ ਰਿਜੈਕਟ ਹੋਵੇ ਨਾ ਹੋਵੇ, ਬਿਲਕੁਲ ਵੀਜ਼ਾ ਆ ਗਿਆ ਤਾਂ ਬਹੁਤ ਵਧੀਆ ਗੱਲ ਹੈ, ਰਿਜੈਕਟ ਹੋ ਗਿਆ ਤਾਂ 50,000-70,000 ਰੁਪਈਆ ਉਹ ਫਾਈਨੈਂਸਰ ਨੇ, ਉਹਨਾਂ ਨੇ ਤੁਹਾਡਾ ਜਿਹੜਾ ਹੈਗਾ ਫੰਡ ਸ਼ੋਅ ਕਰਨ ਦੇ ਪੈਸੇ ਖਾਣੇ, ਵੀਜ਼ੇ ਦੇ ਨਹੀਂ ਖਾਣੇ। ਬਿਲਕੁਲ, ਜਦੋਂ ਉਹਨਾਂ ਨੂੰ ਵੀਜ਼ੇ ਦੇ ਪੈਸੇ ਨਹੀਂ ਆਉਣੇ, ਉਹ ਬੋਝਾ ਕਿਉਂ ਲਵਾਉਣਗੇ? ਸੋ ਇਹ ਦੇਖ ਲਓ ਕਿ ਜਿਹੜਾ ਉਹ ਕਾਰੋਬਾਰ ਕਰ ਰਿਹਾ ਹੈ ਨਾਲ ਉਹਦਾ ਐਕਚੁਅਲ 'ਚ ਜਿਹੜਾ ਰੋਜ਼ੀ ਰੋਟੀ ਹੈ ਵੀਜ਼ੇ ਤੋਂ ਚੱਲ ਰਹੀ ਹੈ, ਜੇ ਚੱਲ ਰਹੀ ਹੈ ਫਿਰ ਉਹ ਸਕਸੈਸ ਰੇਟ ਜ਼ਰੂਰ ਲੈ ਕੇ ਆਊਗਾ। ਜੇ ਉਹਦਾ ਕੰਮ ਧੰਦਾ ਫਾਈਨਾਂਸ ਤੋਂ ਚੱਲਦਾ, ਤੁਹਾਨੂੰ ਜ਼ੋਰ ਲਾ ਰਿਹਾ ਕਿ ਆਸਟ੍ਰੇਲੀਆ ਦੇ ਫੰਡ ਮੇਰੇ ਤੋਂ ਕਰਾ ਲੈ, ਇਟ ਮੀਨਸ ਗੜਬੜੀ ਹੈ ਕਿ ਉਹਨੇ ਪੈਸੇ ਜਿਹੜੇ ਨੇ ਫੰਡ 'ਚੋਂ ਖਾਣੇ ਨੇ, ਤੁਹਾਡੇ ਵੀਜ਼ੇ ਦੇ ਵਿੱਚ ਉਹਨੂੰ ਕਮਿਸ਼ਨ ਨਹੀਂ ਆਉਣੀ, ਇਸ ਕਰਕੇ ਤੁਹਾਡੇ ਵੀਜ਼ੇ ਨਾਲ ਉਹਦਾ ਕੋਈ ਪਿਆਰ ਨਹੀਂ, ਤਾਂ ਕਾਰੋਬਾਰ ਹੀ ਹੋ ਰਿਹਾ। ਸੋ ਇਮੀਗ੍ਰੇਸ਼ਨ ਦੇ ਨਾਮ ਦੇ ਉੱਪਰ ਵੀ ਵੱਖ ਵੱਖ ਤਰ੍ਹਾਂ ਦੇ ਲੋਕਾਂ ਨੇ ਅੱਜ ਦੁਕਾਨਾਂ ਖੋਲੀਆਂ, ਪਛਾਣਨ ਦੀ ਜ਼ਰੂਰਤ ਹੈ, ਥੋੜ੍ਹਾ ਜਿਹਾ ਅਵੇਅਰ ਹੋਣ ਦੀ ਜ਼ਰੂਰਤ ਹੈ ਵਿਦੇਸ਼ ਜਾਣ ਤੋਂ ਪਹਿਲਾਂ। USA ਦੇ ਵਿੱਚ ਬੜੀ ਵੱਡੀ ਦਿੱਕਤ ਆ ਰਹੀ ਹੈ ਜੀ, ਪੰਜਾਬ ਦੇ ਵਿੱਚ ਬਹੁਤ ਵਾਰੀ ਆਪਾਂ ਵੀ ਸ਼ੋਅ ਕਰ ਚੁੱਕੇ ਹਾਂ, ਜਾਗਰੂਕਤਾ ਲੈ ਕੇ ਆਉਂਦੇ ਹਾਂ। ਸਕਸੈਸ ਰੇਟ ਪਿੱਛੇ ਇੱਕ ਤਾਂ ਬੱਚਿਆਂ ਦਾ ਸਵਾਲ ਹੈ ਜੀ ਕਿ ਸਕਸੈਸ ਰੇਟ ਨਹੀਂ ਹੈ, ਨਹੀਂ ਹੈ, ਵਾਰ ਵਾਰ ਬੱਚੇ ਗੱਲ ਕਰ ਰਹੇ ਹਾਂ। ਇੱਕ ਸਾਨੂੰ ਵੀ ਪ੍ਰੋਪਰ ਰਸਤਾ ਨਹੀਂ ਪਤਾ ਕਿ ਜਿਹੜਾ ਸਹੀ ਤਰੀਕਾ ਕੀ ਹੈ USA ਜਾਣ ਦਾ, ਔਰ ਏਰੀਆ ਖਾਸ ਤੌਰ 'ਤੇ ਪ੍ਰੋਗਰਾਮਸ ਚੁਣਨ ਦਾ, ਔਰ ਉਹਨਾਂ ਦਾ ਇੰਪੈਕਟ ਜਿਹੜਾ ਹੈਗਾ ਇੰਟਰਵਿਊ ਦੇ ਉੱਪਰ ਔਰ ਵੀਜ਼ਾਸ ਦੇ ਵਿੱਚ ਕਿੰਨਾ ਕੁ ਪੈਂਦਾ ਹੈ? ਦੇਖੋ ਰਣਵੀਰ ਜੀ, ਕੱਲ੍ਹ ਮੈਂ ਜਿਵੇਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਮੈਂ ਜ਼ਰੂਰ ਰੋਜ਼ ਅੱਧਾ ਘੰਟਾ ਤੋਂ 1 ਘੰਟਾ ਕਾਲਜਿਸ ਦੇ ਨਾਲ ਸਕਾਈਪ 'ਤੇ ਗੱਲ ਕਰਦਾ। ਕੱਲ੍ਹ ਮੇਰੀ ਟ੍ਰੇਨਿੰਗ US ਦੇ ਇੱਕ ਯੂਨੀਵਰਸਿਟੀ ਨਾਲ ਸੀ, ਪੁਆਇੰਟ ਪਾਰਕ ਯੂਨੀਵਰਸਿਟੀ ਸੀ। ਉਹਨਾਂ ਨੂੰ ਮੈਂ ਇਹੀ ਗੱਲ ਪੁੱਛੀ ਕਿ ਅੱਜ ਕੱਲ੍ਹ ਜੋ ਬੱਚਾ ਹੈ ਉਹ ਅਨਸੈਟਿਸਫਾਈਡ ਹੈ, ਉਹ ਬੱਚਾ ਜੋ ਹੈ ਉਹ ਤੁਹਾਡੇ ਹੀ ਨਾਂ 'ਤੇ, ਕੋਈ ਬੰਦਾ ਕਹਿ ਰਿਹਾ ਕਿ ਅਸੀਂ $10,000 ਡਿਸਕਾਊਂਟ ਦੇ ਦਾਂਗੇ, ਕੋਈ ਕਹਿ ਰਿਹਾ $5,000 ਦੇ ਦਾਂਗੇ, ਤੁਸੀਂ ਸਾਨੂੰ ਕਹਿ ਰਹੇ ਹੋ ਕਿ ਅਸੀਂ ਜੋ ਸਕੋਲਰਸ਼ਿਪ ਹੈ ਉੱਥੇ ਪਹੁੰਚ ਕੇ ਟੈਸਟ ਲੈ ਕੇ ਫਿਰ ਵੀ ਵਿਲ ਡਿਸਾਈਡ ਕਿ ਉਹ ਸਕੋਲਰਸ਼ਿਪ ਮਿਲੂਗੀ ਕਿ ਨਹੀਂ ਮਿਲੂਗੀ, ਉਹ ਕੋਰਸ ਵੀ ਰਹੂਗਾ ਜਾਂ ਨਹੀਂ ਰਹੂਗਾ ਜਿਹਦੇ ਤੁਸੀਂ I-20 ਮੰਗਾ ਰਹੇ ਹੋ। ਉਹਨੇ ਕਿਹਾ ਐਕਚੁਅਲੀ 'ਚ ਇਹੀ ਪ੍ਰੋਸੈਸ ਹੈ, ਮੇਰੇ ਕੋਲ ਬੱਚੇ ਆਉਂਦੇ ਨੇ, ਜਿਸਨੇ ਵੀਜ਼ਾ ਨਹੀਂ ਲਵਾਉਣਾ ਉਹ ਤੁਹਾਨੂੰ ਕੁਛ ਵੀ ਕਮਿਟਮੈਂਟ ਕਰ ਸਕਦਾ ਕਿ ਮੈਂ ਐਵੇਂ ਕਰਾ ਦਾਂਗਾ, ਮੈਂ ਇਹ ਕਰਾ ਦਾਂਗਾ। ਜਿਸਨੇ ਵੀਜ਼ਾ ਲਵਾ ਕੇ ਇਲੈਕਸ਼ਨਾਂ 'ਚ ਦੇਖਿਆ ਹੁਣ ਬਹੁਤ ਸਾਰੀਆਂ ਪਾਰਟੀਆਂ ਜਿਹਨਾਂ ਨੂੰ ਪਤਾ ਕਿ ਜਿੱਤਣਾ ਨਹੀਂ, ਉਹ ਇਹੋ ਜਿਹੇ ਵਾਅਦੇ ਕਰਦੇ ਨੇ ਕਿ ਚਲੋ ਵੋਟਾਂ ਖਿੱਚੀਏ, ਜਿੱਤਣਾ ਤਾਂ ਹੈ ਹੀ ਨਹੀਂ, ਦੂਜਿਆਂ ਦੀਆਂ ਖਰਾਬ ਕਰ ਦਈਏ। ਇਹ ਹਾਲਾਤ ਇੰਡਸਟਰੀ 'ਚ ਹੋ ਰਹੇ ਨੇ ਇਸ ਵਕਤ। ਤੁਹਾਨੂੰ ਪਤਾ ਕਿ ਕਲਾਇੰਟ ਨੇ ਮੇਰੇ ਕੋਲ ਆਉਣਾ ਨਹੀਂ, ਵੀਜ਼ਾ ਲੱਗਣਾ ਨਹੀਂ, ਲੋਭ ਲਾਲਚ ਇਹੋ ਜਿਹਾ ਦੇ ਦਿਓ ਬਿਲਕੁਲ ਕਿ ਬੱਚਾ ਦੌੜਿਆ ਆਵੇ। ਬਿਲਕੁਲ, ਔਰ ਦੂਜੀ ਚੀਜ਼, US ਦੇ ਵਿੱਚ ਅੱਜ ਦੇ ਟਾਈਮ ਵਿੱਚ ਸਕਸੈਸ ਲੈਣਾ ਤਾਂ ਇੱਕ ਹੀ ਰਸਤਾ ਹੈ, ਉਹ ਹੈ ਸਟੇਟ ਯੂਨੀਵਰਸਿਟੀ। ਬਟ ਰਣਵੀਰ ਜੀ, ਇਹ ਸਾਡੇ ਪੰਜਾਬ ਦੇ ਬੱਚਿਆਂ ਨੂੰ, ਹਰਿਆਣਾ ਦੇ ਬੱਚਿਆਂ ਨੂੰ ਇੱਕ ਪ੍ਰੋਬਲਮ ਹੈ ਕਿ ਇਹ ਪੈਨਿਕ ਬਹੁਤ ਜਲਦੀ ਹੁੰਦੇ ਆ। ਮੈਂ ਸਟੇਟ ਯੂਨੀਵਰਸਿਟੀਜ਼ ਦੇ ਵੀਜ਼ੇ ਲਿੱਤੇ, ਪਰ 4 ਤੋਂ 4.5 ਮਹੀਨੇ ਲੱਗਦੇ ਆ I-20 ਆਉਣ ਦੇ ਵਿੱਚ। ਹੁਣ ਇੰਨਾ ਸਮਾਂ ਸਾਡਾ ਬੱਚਾ ਵੇਟ ਨਹੀਂ ਕਰਦਾ, ਉਹ ਇਹੋ ਜਿਹੀ ਸੀੜੀਆਂ ਚੜ ਜਾਂਦਾ ਹੈ ਜਿਸ ਸੀੜੀਆਂ 'ਤੇ ਉਹਨੂੰ I-20 15ਵੇਂ ਦਿਨ ਮਿਲ ਜਾਂਦੀ ਹੈ। ਬਟ ਮੈਂ ਬੱਚਿਆਂ ਤੋਂ ਅੱਜ ਇੱਕ ਕੁਸ਼ਚਨ ਪੁੱਛਣਾ ਚਾਹੁੰਦਾ ਜਰਨਲੀ, ਮੈਂ ਤੁਹਾਡੇ ਤੋਂ ਆਂਸਰ ਚਾਹੁੰਦਾ, ਤੁਸੀਂ ਸ਼ੀਸ਼ੇ ਮੂਹਰੇ ਖੜ੍ਹ ਕੇ ਆਂਸਰ ਦਿਉ। ਜੋ ਵੀਜ਼ਾ ਰਿਫਿਊਜ਼ ਕਰਾ ਚੁੱਕੇ ਨੇ ਜਾਂ ਜੋ ਵੀਜ਼ਾ ਲਾਉਣ ਜਾ ਰਹੇ ਨੇ, ਕੀ I-20 ਵੀਜ਼ਾ, ਕੀ I-20 ਤੁਹਾਨੂੰ ਆ ਗਈ, ਇਟ ਮੀਨਸ ਵੀਜ਼ਾ ਆ ਗਿਆ? ਇਹੋ ਜਿਹਾ ਤਾਂ ਕੁਛ ਨਹੀਂ ਹੈ। I-20 ਮੰਗਾਉਣ ਲਈ ਅਗਰ ਕੋਈ ਬੰਦਾ, ਤੁਸੀਂ ਇੱਕ ਆਪ ਸੋਚੋ ਕਿ ਇੱਕ I-20 ਮੰਗਾਉਣ ਲਈ ਤੁਹਾਡੇ ਤੋਂ ਮੈਂ ਕਹਿ ਰਿਹਾ ਵੀ ਤੁਸੀਂ ਸਕੈਨ, ਮੈਨੂੰ 10th ਪਲੱਸ 2 ਔਰ ਪਾਸਪੋਰਟ ਦੇ ਦਿਓ, ਇੱਕ ਮੈਂ ਤੁਹਾਨੂੰ ਕਹਿ ਰਿਹਾ ਮੈਨੂੰ ਫੰਡ ਦਿਓ, ਫੰਡ ਦਾ ਐਫੀਡੇਵਿਟ ਦਿਓ, ਬੈਂਕ ਦਾ ਸਰਟੀਫਿਕੇਟ ਦਿਓ, ਆਪਣੇ ਜੋ 2 ਟੀਚਰਾਂ ਦਾ ਰੈਫਰੈਂਸ ਦਿਓ, ਟ੍ਰਾਂਸਕ੍ਰਿਪਟਸ ਦਿਓ, ਆਪਣੇ ਸਾਰੇ ਡਾਕੂਮੈਂਟਸ ਦਿਓ, ਆਪਣੀ ਪ੍ਰੋਪਰਟੀ ਵੈਲਿਊਏਸ਼ਨ ਦਿਓ, ਤੁਸੀਂ SOP ਲਿਖ ਕੇ ਦਿਓ। ਹੁਣ ਇਹ ਦੱਸੋ ਕਿ ਕਿਹੜੀ I-20 ਦੀ ਵੈਲਿਊ ਜ਼ਿਆਦਾ ਹੋਏਗੀ। ਔਰ ਦੂਜੀ ਚੀਜ਼, ਜੋ ਇੰਟਰਵਿਊ ਪ੍ਰਿਪਰੇਸ਼ਨ, ਬਹੁਤ ਵੱਡੇ ਵਾਅਦੇ ਕਰ ਦਿੱਤੇ ਜਾਂਦੇ ਨੇ ਕਿ ਸਾਨੂੰ ਟ੍ਰਿਕ ਪਤਾ, ਸਾਨੂੰ ਇਹ ਪਤਾ, ਸਾਨੂੰ ਉਹ ਪਤਾ। 3-3, 4-4 ਜਗ੍ਹਾ ਆਫਿਸ ਖੋਲ੍ਹ ਦਿੱਤੇ ਜਾਂਦੇ ਨੇ, ਛੋਟਾ ਛੋਟਾ ਜਿਹਾ ਕੈਬਿਨ ਲੈ ਕੇ। ਬਟ ਐਕਚੁਅਲ ਦੇ ਵਿੱਚ ਇੰਟਰਵਿਊ ਪ੍ਰਿਪਰੇਸ਼ਨ ਵਾਲੇ ਨੂੰ ਪਹਿਲੇ ਮਿਲੋ ਕਿ ਉਹ ਆਪ ਟਰੈਵਲ ਹੈ ਕਿ ਨਹੀਂ ਹੈ। ਬਿਲਕੁਲ ਠੀਕ ਹੈ,
मैं थोनू कैनेडा यूएस दे विच जिस तो इंटरव्यू तैयारी करा रहे हैं उत्थों दा सिटीजन है। ਜਿਹੜੀ ਗੌਰਵ ਦੀ ਗੱਲ ਕਰ ਰਹੇ ਹਾਂ, ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਹੱਡਬੀਤੀ ਦੱਸਦਾ ਹਾਂ ਕਿ ਜਦੋਂ ਤੁਸੀਂ ਇੰਟਰਵਿਊ ਦੇਣ ਜਾਂਦੇ ਹੋ, ਮੈਨੂੰ ਵੀ ਮੌਕਾ ਮਿਲਿਆ US ਐਮਬੈਸੀ ਜਾਣ ਦਾ। ਬਿਲਕੁਲ। ਉੱਥੇ ਜਿਹੜੇ ਸਵਾਲ ਨੇ ਉਹ ਹਰ ਬੰਦੇ ਨੂੰ ਅੱਡ ਅੱਡ ਪੁੱਛੇ ਜਾਂਦੇ ਆ, ਹਰ ਪ੍ਰੋਫਾਈਲ ਦੇ ਮੁਤਾਬਕ ਅੱਡ ਹੁੰਦੇ ਨੇ। ਤੁਹਾਨੂੰ ਕੋਈ ਜਿੰਨਾ ਮਰਜ਼ੀ ਟ੍ਰੇਨ ਕਰ ਲਏ, ਠੀਕ ਹੈ, ਤੁਹਾਨੂੰ ਬੋਲਣਾ ਸਿਖਾ ਸਕਦਾ, ਕੱਪੜੇ ਪਾਣੇ ਸਿਖਾ ਸਕਦਾ, ਥੋੜ੍ਹਾ ਬੋਲਣਾ, ਸੰਜਮ ਦੇ ਵਿੱਚ ਬੋਲਣਾ, ਟੂ ਦੀ ਪੁਆਇੰਟ ਗੱਲ ਕਰਨੀ ਹੈ, ਬਟ ਪ੍ਰੋਫਾਈਲ ਦੇ ਮੁਤਾਬਕ ਜਵਾਬ ਤੁਸੀਂ ਦੇਣਾ। ਇੱਕ ਗੱਲ ਜਿਹੜੀ ਗੌਰਵ ਜੀ ਨਹੀਂ ਕਰ ਰਹੇ, ਕਈ ਬੱਚਿਆਂ ਦੇ ਵੀਜ਼ਾਸ ਵੀ ਲੱਗ ਜਾਂਦੇ ਨੇ ਗੌਰਵ ਜੀ, ਜਾ ਕੇ ਇਮੀਗ੍ਰੇਸ਼ਨ 'ਚ ਫਸ ਜਾਂਦੇ ਨੇ, ਉੱਥੇ ਸਵਾਲ ਉਹਦੀ ਤਿਆਰੀ ਨਹੀਂ ਕਰਾਈ ਜਾਂਦੀ, ਵਾਪਸ ਆਉਂਦੇ ਨੇ। ਪਰਸੋਂ ਇੱਕ ਰਿਪੋਰਟ ਆਈ ਹੈ, ਇੱਕ ਲੜਕੀ ਦੁਬਈ ਫਸੀ, ਉਹਦਾ H1 ਵੀਜ਼ਾ ਸੀਗਾ ਜੀ, ਜਿਹਨੂੰ ਮਰਖਲ ਟੈਕਨੀਕਲ ਭਾਸ਼ਾ 'ਚ USA ਦੀ ਆਪਣਾ ਵਰਕ ਪਰਮਿਟ ਕਹਿੰਦੇ। ਬਿਲਕੁਲ ਬਿਲਕੁਲ। ਤਿੰਨ ਵਾਰੀ ਜਾ ਆਏ ਸੀ, ਕੰਮ ਨਹੀਂ ਕੀਤਾ ਸੀ ਉਹਨੇ ਕਦੇ, ਉਹਨਾਂ ਨੇ ਰਿਪੋਰਟ ਚੈੱਕ ਕੀਤੀ, ਉਹਦੇ ਕੰਮ ਨਹੀਂ ਕੀਤਾ, ਵੀਜ਼ਾ ਕੈਂਸਲ ਕਰਾ। ਇਹ ਹਾਲਾਤ ਸਾਡੇ ਬੱਚਿਆਂ ਦੇ ਬਹੁਤਾਂ ਦੇ ਹੁੰਦੇ ਨੇ ਕਿ ਵੀਜ਼ਾ ਵੀ ਲੱਗ ਜਾਂਦਾ, ਕਈ ਵਾਰੀ ਏਅਰਪੋਰਟ 'ਤੇ ਜਾ ਕੇ ਅਸੀਂ ਫਸ ਜਾਂਦੇ ਹਾਂ। ਸੋ ਉਹੀ ਗੱਲ ਤੁਹਾਡੀ ਆ ਗਈ ਕਿ ਜਿਹੜਾ ਇੰਟਰਵਿਊ ਪ੍ਰੈਪਰੇਸ਼ਨ ਕਰਾ ਰਿਹਾ, ਜੇ ਉਹਨੂੰ ਇਹਨਾਂ ਗੱਲਾਂ ਦਾ ਪਤਾ ਹੈ ਕਿ ਮੈਂ ਏਅਰਪੋਰਟ ਆਪ ਗਿਆ, ਮੈਂ ਇਮੀਗ੍ਰੇਸ਼ਨ ਚੈੱਕ ਕਰਾਈ ਹੈ, ਮੈਂ USA ਗਿਆ, ਤਾਂ ਹੀ ਉਹ ਸਵਾਲਾਂ ਦਾ ਜਵਾਬ ਦੇ ਪਾਊਗਾ। ਬਿਲਕੁਲ। ਮੈਂ ਇਹਦੀ ਕੋਈ ਕਿਤਾਬ ਤਾਂ ਆਉਂਦੀ ਨਹੀਂ। ਬਿਲਕੁਲ। ਮੈਂ 5-6 ਏਜੰਸੀਜ਼ ਦੇ ਵਿੱਚ ਸਾਡੇ ਆਲੇ ਦੁਆਲੇ ਨੇ, ਉੱਥੇ ਫੋਨ ਕਰਕੇ ਪੁੱਛਿਆ, ਮੈਂ ਉਹਨਾਂ ਤੋਂ ਗਾਈਡੈਂਸ ਲੈਂਦਾ ਰਿਹਾ। ਮੈਂ ਉਹਨਾਂ ਨੂੰ ਕਿਹਾ ਕਿ ਮੈਡਮ ਇੱਕ ਗੱਲ ਦੱਸੋ ਕਿ ਜਦੋਂ ਅਸੀਂ ਏਅਰਪੋਰਟ ਜਾਂਦੇ ਹਾਂ ਤਾਂ ਅਸੀਂ ਵੇਟ ਕਿੱਥੇ ਕਰ ਸਕਦੇ ਹਾਂ, ਏਅਰਪੋਰਟ ਦੇ ਅੰਦਰ ਕਿੱਥੇ ਐਂਟਰ ਕਰ ਸਕਦੇ, ਅਰਾਈਵਲ ਵਿੱਚ ਜਾਂ ਡਿਪਾਰਚਰ ਵਿੱਚ? ਤੁਸੀਂ ਮੰਨੋਗੇ ਰਣਬੀਰ ਜੀ, 80% ਕਾਉਂਸਲਰ ਨੇ ਕਿਹਾ ਡਿਪਾਰਚਰ ਵਿੱਚ, ਔਰ ਜਦਕਿ ਅਸੀਂ ਡਿਪਾਰਚਰ ਵਿੱਚ ਤਾਂ ਇੱਕ ਕਦਮ ਵੀ ਅੰਦਰ ਨਹੀਂ ਜਾ ਸਕਦੇ, ਪਹੁੰਚੋਗੇ ਜਦੋਂ ਇਮੀਗ੍ਰੇਸ਼ਨ ਹੋਊਗੀ। ਬਿਲਕੁਲ। ਡਿਪਾਰਚਰ ਵੀ ਤੁਸੀਂ, ਅਸੀਂ ਸਿਰਫ ਅਰਾਈਵਲ ਦੇ ਵਿੱਚ ਏਅਰਪੋਰਟ 'ਚ ਐਂਟਰ ਕਰ ਸਕਦੇ ਹਾਂ, ਜਿੱਥੇ ਅਸੀਂ ਵੇਟ ਕਰ ਸਕਦੇ ਹਾਂ, ਉਹ ਟਿਕਟ ਲੱਗਦੀ, ਆਈਡੀ ਪਰੂਫ ਲੱਗਦਾ, ਅਸੀਂ ਅੰਦਰ ਜਾਂਦੇ ਹਾਂ। ਇੰਨੀ ਤੱਕ ਗੱਲ ਦਾ ਨਹੀਂ ਪਤਾ, ਔਰ ਉਹ ਆਪਣੇ ਆਪ ਨੂੰ ਕਾਉਂਸਲਰ ਬਣਾ ਰਹੇ ਨੇ, ਔਰ ਇਹ ਦੱਸ ਰਹੇ ਨੇ ਕਿ ਅਸੀਂ ਵੀਜ਼ਾ ਲਵਾ ਕੇ ਦੇਵਾਂਗੇ, ਇਹ ਕਿਵੇਂ ਹੋਏਗਾ? ਮੇਰੀ ਸਮਝ ਤੋਂ ਬਾਹਰ ਹੈ। ਦੂਜੀ ਚੀਜ਼, ਤਾਂ ਹੀ ਇੰਨਾ ਵੱਡਾ ਰਿਫਿਊਜ਼ਲ ਰੇਟ ਹੈ, ਬੱਚਿਆਂ 'ਤੇ ਲੋਟਰੀ ਖੇਡੀ ਜਾਂਦੀ ਹੈ, ਬੱਚਿਆਂ ਤੋਂ ਲੱਖਾਂ ਵਿੱਚ ਪੈਸੇ 10-20-50 ਬੱਚੇ ਇਕੱਠੇ ਕਰਕੇ ਭੇਜ ਦਿੱਤੇ ਜਾਂਦੇ ਨੇ, ਕਹਿੰਦੇ ਨੇ ਚਲੋ 1-2 ਦਾ ਤਾਂ ਲੱਗੇਗਾ। ਬਿਲਕੁਲ। ਇੱਦਾਂ ਨਹੀਂ ਹੋਣਾ ਚਾਹੀਦਾ ਰਣਵੀਰ ਜੀ, ਸਿਰਫ ਸਹੀ ਬੰਦੇ ਤੋਂ ਜ਼ਰੂਰ ਅਸੈਸਮੈਂਟ ਲਓ। ਮੈਂ ਇਹ ਨਹੀਂ ਕਹਿੰਦਾ ਕਿੱਥੇ ਵੀ ਅਪਲਾਈ ਕਰੋ, ਮੈਂ ਇਹ ਕਹਿੰਦਾ ਕਿ ਅਸੈਸਮੈਂਟ ਜ਼ਰੂਰੀ ਹੈ। 2 ਮਿੰਟ ਬਚੇ ਨੇ, ਆਪਾਂ ਅਨਾਊਂਸਮੈਂਟ ਕੀਤੀ ਸੀ ਕਿ ਸਿੰਗਾਪੁਰ ਦੀ ਗੱਲ ਕਰਾਂਗੇ। ਅੱਜ ਸਿੰਗਾਪੁਰ ਦੇ ਨਾਮ 'ਤੇ ਮੈਂ ਕੱਲ੍ਹ ਵੀ ਇੱਕ ਐਕਸਪਰਟ ਆਏ ਸੀ, ਪਰਸੋਂ ਵੀ ਆਏ ਸੀ, ਇਹੀ ਸਵਾਲ ਪੁੱਛ ਰਹੇ ਹਾਂ ਕਿਉਂਕਿ 17 ਦੇ ਵਿੱਚ ਬਹੁਤ ਸਾਰੇ ਬੱਚਿਆਂ ਦੇ ਨੰਬਰ ਘੱਟ ਜਾਣੇ ਆ, ਬੈਂਡ ਘੱਟ ਜਾਣੇ, ਉਹਨਾਂ ਨੂੰ ਸ਼ਿਕਾਰ ਬਣਾਇਆ ਜਾਊਗਾ ਕਿ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਸੀ, ਆਸਟ੍ਰੇਲੀਆ ਜਾਣਾ ਚਾਹੁੰਦੇ ਸੀ, ਅਸੀਂ ਭੇਜਾਂਗੇ ਤੁਹਾਨੂੰ ਪਹਿਲਾਂ ਸਿੰਗਾਪੁਰ, ਫਿਰ ਉੱਥੋਂ ਤੁਸੀਂ ਮੂਵ ਹੋ ਸਕਦੇ ਹੋ। ਬਿਲਕੁਲ। ਮੇਰਾ ਹਰ ਇੱਕ ਨੂੰ ਸਵਾਲ ਹੈ, ਮੈਂ ਜਾ ਕੇ ਵੀ ਆਇਆ ਪਰਸਨਲੀ 2 ਵਾਰੀ ਸਿੰਗਾਪੁਰ, ਮੈਨੂੰ ਕੋਈ ਇਹ ਸਕਸੈਸ ਹੈਗਾ? ਨੋ ਡਾਊਟ, ਮੈਂ ਨਹੀਂ ਭੰਡ ਨਹੀਂ ਰਿਹਾ ਇਸ ਚੀਜ਼ ਨੂੰ ਕਿ ਸਕਸੈਸ ਨਹੀਂ ਹੈ, ਬਟ ਦਾ ਵੇ ਆਊਟ ਕੀ ਹੈ ਕਿ ਹਰ ਕਾਲਜ, ਹਰ ਏਜੰਟ, ਹਰ ਉੱਧਰ ਦੇ ਕੈਂਪਸ ਤੁਹਾਨੂੰ ਮੂਵ ਕਰ ਦੇਣਗੇ, ਇਹਦਾ ਸਹੀ ਔਰ ਬੈਸਟ ਤਰੀਕਾ ਕੀ ਹੈ? ਦੇਖੋ, ਸਾਰੀਆਂ ਕਮੀਆਂ ਵੀ ਪੂਰੀਆਂ ਹੋ ਸਕਦੀਆਂ, 10 ਸਾਲ ਦਾ ਗੈਪ ਨਹੀਂ ਪੂਰਾ ਹੋ ਸਕਦਾ, 4 ਬੈਂਡ ਤੋਂ 6 ਨਹੀਂ ਹੋ ਸਕਦੇ, 60% ਤੋਂ 80% ਨਹੀਂ ਹੋ ਸਕਦੇ, ਕਿਹੜੀਆਂ ਚੀਜ਼ਾਂ ਨਾਲ ਮੂਵ ਹੋਇਆ ਜਾ ਸਕੇ? ਦੇਖੋ ਰਣਬੀਰ ਜੀ, ਜੋ ਮੂਵਮੈਂਟ ਹੈ ਉਸਦਾ ਕਾਰਨ ਸਿਰਫ ਇੱਕ ਹੈ, ਮੂਵਮੈਂਟ ਤਾਂ ਹੋਏਗੀ ਅਗਰ ਯੂਨੀਵਰਸਿਟੀ ਦਾ ਉੱਥੇ ਕੋਈ ਕੈਂਪਸ ਹੋਏ। ਪਹਿਲੀ ਗੱਲ, ਮੈਂ ਇਗਜ਼ਾਮਪਲ ਲੈਂਦਾ ਇੰਡੀਆ ਵਿੱਚ, ਇੰਡੀਆ ਵਿੱਚ ਵੀ ਕਈ ਕਾਲਜਸ ਦੇ ਕੈਂਪਸ ਨੇ ਜੋ 1-2 ਸਾਲ ਇੱਥੇ ਪੜ੍ਹਾਉਂਦੇ ਨੇ, ਉਸ ਤੋਂ ਬਾਅਦ ਉੱਥੇ ਪੜ੍ਹਾਉਂਦੇ ਨੇ, ਉਹਨਾਂ ਦਾ ਵੀ ਸਕਸੈਸ ਰੇਟ ਨਹੀਂ ਹੈ, ਕਿਉਂਕਿ ਫਾਈਲ ਜਿਹੜੀ ਲੱਗਣੀ ਹੈ ਉਹ ਉਸੇ ਤਰੀਕੇ ਨਾਲ ਲੱਗਣੀ ਹੈ। ਮੇਰੇ ਕੋਲ ਇੱਕ ਬੱਚਾ ਆਇਆ, ਉਹ ਇੱਥੇ ਕਿਸੇ ਕੋਲ ਪੜ੍ਹ ਰਿਹਾ ਸੀ, ਉਹ ਕੈਂਪਸ ਟੂ ਕੈਂਪਸ ਟ੍ਰਾਂਸਫਰ ਵਿੱਚ, ਮੈਂ ਉਹਨੂੰ ਪੁੱਛਿਆ ਕਿ ਕਿੰਨੇ ਕੁ ਬੱਚੇ ਤੁਸੀਂ ਚਲੇ ਗਏ ਅਤੇ ਕਿੰਨੇ ਕੁ ਰਹਿ ਗਏ? ਉਹਨੇ ਕਿਹਾ 65 ਦੇ ਵਿੱਚੋਂ 2 ਬੰਦਿਆਂ ਦਾ ਵੀਜ਼ਾ ਲੱਗਿਆ। 63 ਰਿਫਿਊਜ਼। ਕਿੰਨਾ ਕੁ ਹੋ ਗਿਆ? ਮੇਰੇ ਖਿਆਲ 4% ਵੀਜ਼ਾ ਹੋਇਆ, 3%, 4%, ਇਹੀ ਹਾਲ ਹੈ। ਇੰਨਾ ਕੁ ਤਾਂ ਦੁਨੀਆ ਕਿਸੇ ਕੋਨੇ 'ਚ ਪਾ ਲਓ ਤੁਸੀਂ, ਇੰਨਾ ਕੁ ਤਾਂ ਸਕਸੈਸ ਰੇਟ ਵੈਸੇ। ਔਰ ਰਣਵੀਰ ਜੀ, ਸਿੰਗਾਪੁਰ ਇੰਨੀ ਟਾਈਟ ਕੰਟਰੀ ਹੈ ਜਿਸ ਦੇ ਵਿੱਚ ਤੁਸੀਂ 1 ਦਿਨ ਜਾਂ ਮੈਨੂੰ ਲੱਗਦਾ ਵੀਜ਼ਾ ਤੋਂ ਬਾਅਦ 10 ਮਿੰਟ ਵੀ ਨਹੀਂ ਰਹਿ ਸਕਦੇ। ਉੱਥੇ ਤੁਸੀਂ ਇਸ ਕੰਮ ਤੋਂ ਬਹੁਤ ਬੱਚਿਆਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ। ਮੈਨੂੰ ਇੱਕ ਗੱਲ ਸਮਝਾਓ, ਇੱਕ ਬੱਚਾ 5.5 ਬੈਂਡ ਲਿਆ ਆ, 6 ਬੈਂਡ 'ਤੇ ਉਹਦਾ ਵੀਜ਼ਾ ਲੱਗ ਜਾਣਾ, ਕੀ ਅਸੀਂ ਉਹਨੂੰ 2 ਮਹੀਨੇ ਮਿਹਨਤ ਕਰਾ ਕੇ ਰੋਕ ਨਹੀਂ ਸਕਦੇ ਕਿ ਤੂੰ 6 ਬੈਂਡ ਲੈ ਲੈ? ਉਹਨੂੰ ਛੋਟੀ ਕੰਟਰੀ ਵਿੱਚ ਧਕੇਲਣ ਦਾ ਕੀ ਫਾਇਦਾ, ਸਿਰਫ ਆਪਣੇ 50,000-1,00,000 ਰੁਪਏ ਵਿੱਚ? ਬੱਚਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਹ ਜੀ ਕ੍ਰਿਮੀਨਲ ਕੰਟਰੀਜ਼ ਵਿੱਚ ਭੇਜਿਆ ਜਾਂਦਾ ਜਿੱਥੇ ਸਾਡਾ ਬੱਚਾ ਨਾ ਅੱਗੇ ਜਾਣ ਜੋਗਾ ਨਾ ਪਿੱਛੇ ਜਾਣ ਜੋਗਾ, 50,000-1,00,000 ਰੁਪਏ ਪਿੱਛੇ ਸੁਪਨੇ ਦਿਖਾਏ ਜਾਂਦੇ ਨੇ, ਕਿੱਦਾਂ ਬੱਚਾ ਪਹੁੰਚੂਗਾ? ਗੁਰੂ ਜੀ ਇੱਕ ਸਵਾਲ ਲਾਸਟ ਚੱਲਦੇ ਚੱਲਦੇ, 30 ਸੈਕਿੰਡ 'ਚ 40 ਬਚੇ ਨੇ,
ਕੀ ਬੱਚਾ ਜਿਸ ਕੈਂਪਸ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਨਾਲ ਡਾਇਰੈਕਟ ਟਾਈ ਅਪ ਕਰੇ ਬੱਚਾ ਕਿ ਹਾਂਜੀ ਮੈਨੂੰ ਇਹ ਏਜੰਟ ਭੇਜ ਰਿਹਾ ਕਿ ਤੁਹਾਡੇ ਕੈਂਪਸ ਤੋਂ USA ਕੈਨੇਡਾ ਆਸਟ੍ਰੇਲੀਆ ਮੂਵ ਹੋਇਆ ਜਾ ਸਕਦਾ ਕਿ ਇਜ਼ ਇਟ ਪੋਸੀਬਲ ਕਿ ਉਹ ਉਸ ਕੈਂਪਸ ਨਾਲ ਗੱਲ ਬਿਲਕੁਲ ਜਿਸ ਦੀ ਪਹਿਲੇ ਦਾ ਆਫਰ ਲੈਟਰ ਲਏ ਅਗਰ ਉਹ ਕਹਿੰਦਾ ਕਿ ਮੈਨੂੰ ਇੱਥੋਂ ਟ੍ਰਾਂਸਫਰ ਹੋ ਜਾਣਗੇ ਆਫਰ ਲੈਟਰ ਲਏ ਉਸ ਨੂੰ ਮੇਲ ਪਾਏ ਉਸ ਕਾਲਜ ਨੂੰ ਉਸ ਤੋਂ ਮੇਲ ਤੇ ਜਵਾਬ ਲਏ ਕਿ ਕੀ ਤੁਸੀਂ ਪਹਿਲੇ ਕੋਈ ਇਹੋ ਜਿਹੇ ਬੱਚੇ ਭੇਜੇ ਨੇ ਔਰ ਭੇਜੇ ਨੇ ਤਾਂ ਉਹਨਾਂ ਦਾ ਪ੍ਰੋਸੈਸ ਕੀ ਹੈ ਡੈਫੀਨੇਟਲੀ ਤੁਹਾਨੂੰ ਪਤਾ ਲੱਗ ਜਾਏਗਾ ਅਗਰ ਉਹਦਾ ਕੋਈ ਟਾਈਅਪ ਹੋਏਗਾ ਤਾਂ ਵੈਬਸਾਈਟ 'ਤੇ ਵੀ ਲਿਖਿਆ ਹੋਏਗਾ ਟਾਈਅਪ ਨਹੀਂ ਹੋਏਗਾ ਤਾਂ ਵੈਬਸਾਈਟ ਵੀ ਨਹੀਂ ਹੋਏਗਾ ਥੈਂਕ ਯੂ ਜੀ ਸਟੂਡੀਓ ਦੇ ਵਿੱਚ ਆਉਣ ਲਈ ਧੰਨਵਾਦ ਉਮੀਦ ਕਰਾਂਗੇ ਜੀ ਕੈਨੇਡਾ USA ਸਿੰਗਾਪੁਰ ਨੂੰ ਜਿੰਨੀ ਵੀ ਗੱਲਾਂ ਕੀਤੀਆਂ ਤੁਸੀਂ ਪ੍ਰੈਕਟੀਕਲ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਜ਼ਮਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਸ਼ੋਅ ਇੱਥੇ ਖਤਮ ਕਰ ਰਹੇ ਹਾਂ ਧੰਨਵਾਦ